ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਆਪਾਂ ਨੇ ਗਾਜਰਾਂ ਲੈ ਲਈਆਂ, ਗਾਜਰਾਂ ਨੂੰ ਆਪਾਂ ਛਿੱਲ ਲੈਂਦੇ ਹਾਂ। ਛਿੱਲ ਕੇ ਫਿਰ ਇਹਨਾਂ ਨੂੰ ਆਪਾਂ ਧੋ ਲਵਾਂਗੇ। ਪਹਿਲਾਂ ਛਿੱਲ ਲੈਂਦੇ ਹਾਂ ਸਾਰਿਆਂ ਨੂੰ, ਬਾਅਦ 'ਚ ਧੋ ਲਵਾਂਗੇ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੀ, ਲਾਈਕ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ। ਹੁਣ ਤਾਂ ਬਿਨਾਂ ਛਿੱਲੇ ਵੀ ਬਣ ਜਾਂਦੇ ਨੇ, ਪਰ ਮੈਂ ਛਿੱਲ ਕੇ ਬਣਾਉਂਗੀ ਜੀ। ਛਿੱਲ ਲੈਂਦੇ ਆਪਾਂ ਇਹਨਾਂ ਨੂੰ ਸਾਰੀਆਂ ਗਾਜਰਾਂ ਨੂੰ ਇੱਦਾਂ ਹੀ। ਆਹ ਚੀਜ਼ ਇਹਦੀ ਵੱਢ ਦਿੰਦੇ ਹਾਂ। ਚਲੋ ਜੀ, ਸਾਰੀਆਂ ਗਾਜਰਾਂ ਛਿੱਲ ਕੇ ਫਿਰ ਮਿਲਦੇ ਹਾਂ। ਲਓ ਜੀ, ਗਾਜਰਾਂ ਆਪਣਾ ਸਾਰੀਆਂ ਛਿੱਲ ਲਈਆਂ, ਅਤੇ ਹੁਣ ਆਪਾਂ ਇਹਨਾਂ ਨੂੰ ਕੱਦੂਕਸ ਕਰ ਲੈਂਦੇ ਹਾਂ। ਇੱਧਰ ਇੱਕ ਪਾਸਾ ਮੋਟਾ ਆਪਾਂ ਬਰੀਕ ਪਾਸੇ ਨਾਲ ਕਰਾਂਗੇ ਕੱਦੂਕਸ। ਕਿਉਂਕਿ ਜਿਹੜੇ ਮੋਟੇ ਪਾਸ ਮੋਟੀਆਂ ਹੁੰਦੀਆਂ ਨੇ ਜੀ, ਉਹ ਚਿਰਚ ਘੁੜਦੀਆਂ ਨੇ, ਛੇਤੀ ਬਣ ਜਾਂਦਾ ਬਰੀਕ 'ਚ ਕਰਿਆ ਹੋਇਆ, ਇਸ ਲਈ ਆਪਾਂ ਬਰੀਕ ਦੇ ਵਿੱਚ ਬਣਾ ਲੈਂਦੇ ਹਾਂ। ਆਹ ਵਿੱਚੋਂ ਨਰੜਾ ਜਿਹਾ ਕੱਢ ਦੇਵਾਂਗੇ, ਕਿਉਂਕਿ ਇਹ 'ਚ ਮਿਠਿਆਸ ਨਹੀਂ ਜੀ ਹੁੰਦੀ, ਫਿਰ ਇਹਨੂੰ ਆਪਾਂ ਵਿੱਚੋਂ ਕੱਢ ਦਿੰਦੇ ਹਾਂ। ਆਲੇ ਦੁਆਲੇ ਜਿਹੜੀ ਉਹ ਆ, ਉਹਨੂੰ ਵਿੱਚ ਪਾਵਾਂਗੇ ਕੱਦੂਕਸ ਕਰਕੇ। ਆਹ ਜਿਹੜਾ ਵਿੱਚ ਨਰੜਾ ਜਿਹਾ, ਇਹਨੂੰ ਆਪਾਂ ਬਾਹਰ ਕੱਢ ਦੇਵਾਂਗੇ। ਚਲੋ ਜੀ, ਆਪਾਂ ਗਾਜਰਾਂ ਨੂੰ ਕੱਦੂਕਸ ਕਰਕੇ ਫਿਰ ਮਿਲਦੇ ਹਾਂ ਤੁਹਾਨੂੰ। ਲਓ, ਇੱਦਾਂ ਗਾਜਰਾਂ ਆਪਣੀਆਂ ਸਾਰੀਆਂ ਕੱਦੂਕਸ ਹੋ ਗਈਆਂ। ਹੁਣ ਆਪਾਂ ਚੁੱਲ੍ਹਾ ਬਾਲ ਲੈਂਦੇ ਹਾਂ। ਇੱਧਰ ਆਪਾਂ ਨੇ ਚੁੱਲ੍ਹੇ 'ਚ ਅੱਗ ਮਚਾ ਲਈ, ਕਿਉਂਕਿ ਪਹਿਲਾਂ ਸਬਜ਼ੀ ਬਣਾ ਕੇ ਹਟਾਈ। ਚੁੱਲ੍ਹਾ ਆਪਣਾ ਗਰਮ ਆ, ਹੁਣ ਆਪਾਂ ਇਹਦੇ ਉੱਪਰ ਧਰ ਲੈਂਦੇ ਹਾਂ ਪਾਈਨ। ਪਾਈਨ ਨੂੰ ਆਪਾਂ ਗਰਮ ਹੋ ਲੈਣ ਦਿੰਦੇ ਹਾਂ ਚੰਗੀ ਤਰ੍ਹਾਂ। ਲਓ ਜੀ, ਪੈਨ ਆਪਣਾ ਗਰਮ ਹੋ ਗਿਆ। ਆਪਾਂ ਇੱਕ ਚਮਚਾ ਘੀ ਦਾ ਪਾ ਲੈਂਦੇ ਹਾਂ ਵਿੱਚ। ਘੀ ਨੂੰ ਆਪਾਂ ਚੰਗੀ ਤਰ੍ਹਾਂ ਮਿਲਟ ਹੋ ਲੈਣ ਦਿੰਦੇ ਹਾਂ। ਲਓ ਜੀ, ਕੀ ਆਪਣਾ ਚੰਗੀ ਤਰ੍ਹਾਂ ਮਿਲਟ ਹੋ ਗਿਆ। ਹੁਣ ਆ ਜਿਹੜੇ ਗਾਜਰਾਂ ਕੱਦੂਕਸ ਕਰੀਆਂ, ਤੇ ਆਪਾਂ ਸਾਰੀਆਂ ਵਿੱਚ ਪਾ ਲੈਂਦੇ ਹਾਂ ਪੈਨ ਦੇ। ਲਓ ਜੀ, ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਝੱਸ ਲਵਾਂਗੇ ਘਿਓ ਦੇ ਵਿੱਚ ਗਾਜਰਾਂ ਨੂੰ। ਇੱਦਾਂ ਚਮਚਾ ਫਿਰ ਫਿਰ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਘਾ ਝੱਸ ਲਵਾਂਗੇ ਘਿਓ ਦੇ ਵਿੱਚ, ਪਕਾ ਲਵਾਂਗੇ। Yeah.
ਲਓ ਜੀ 2 ਮਿੰਟ ਹੋ ਗਏ ਆਪਾਂ ਨੂੰ ਗਾਜਰਾਂ ਨੂੰ ਫਰਾਈ ਕਰ ਝੱਸਦੇ ਹਾਂ ਨੂੰ। ਇਹ ਹੁਣ ਪੱਕ ਗਈਆਂ ਥੋੜ੍ਹੀ ਜਿਹੀ ਪਹਿਲਾਂ ਨੂੰ ਘੱਟ ਗਈਆਂ। ਹੁਣ ਆਪਾਂ ਇਹਦੇ ਵਿੱਚ ਇੱਕ ਗਲਾਸ ਦੁੱਧ ਦਾ ਪਾ ਲੈਂਦੇ ਹਾਂ, ਦੁੱਧ ਫੁੱਲ ਕਰੀਮ ਵਾਲਾ ਦੁੱਧ ਆ ਮਲਾਈ ਵਿੱਚ ਦੁੱਧ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ, ਜਿੰਨੀ ਦੇਰ ਤੱਕ ਆਪਣਾ ਦੁੱਧ ਨਹੀਂ ਮੱਚਦਾ ਸਾਰਾ ਉੱਨੀ ਦੇਰ ਤੱਕ ਪਕਾਵਾਂਗੇ, ਨਾਲੇ ਆਪਣੀਆਂ ਗਾਜਰਾਂ ਢੱਕ ਜਾਣਗੀਆਂ ਚੰਗੀ ਤਰ੍ਹਾਂ। ਨਾਲੇ ਚੋਂ ਖੋਏ ਦਾ ਟੈਸਟ ਆਉਣ ਲੱਗ ਜੂ ਜੀ ਕਰੀਮ ਵਾਲਾ ਦੁੱਧ ਪਾ ਕੇ। ਹੁਣ ਇਹਨੂੰ ਆਪਾਂ ਉੱਨੀ ਦੇਰ ਤੱਕ ਪਕਾਵਾਂਗੇ, ਜਿੰਨੀ ਦੇਰ ਤੱਕ ਆਪਣਾ ਦੁੱਧ ਸਾਰਾ ਮੱਚ ਨਹੀਂ ਜਾਂਦਾ ਵਿੱਚ। ਅਸੀਂ ਕੜਛੀ ਫੇਰ ਫੇਰ ਕੇ ਪਕਾਈ ਜਾਵਾਂਗੇ। ਲਓ ਜੀ ਦੁੱਧ ਆਪਣਾ ਪਹਿਲਾਂ ਨੂੰ ਘੱਟ ਗਿਆ, ਪਰ 2 ਕੁ ਮਿੰਟ ਆਪਾਂ ਹੋਰ ਪਕਾਵਾਂਗੇ ਇਹਨੂੰ ਚੰਗੀ ਤਰ੍ਹਾਂ, ਦੁੱਧ ਨਹੀਂ ਸੁੱਕਦਾ ਹੁੰਦਾ, ਇਕੱਲੀਆਂ ਗਾਜਰਾਂ ਰਹਿ ਜਾਣਗੀਆਂ। ਉੱਨੀ ਦੇਰ ਤੱਕ ਪਕਾਵਾਂਗੇ, ਨਾਲੇ ਦੁੱਧ 'ਚ ਢੱਕ ਜਾਣਗੀਆਂ ਜੀ ਚੰਗੀ ਤਰ੍ਹਾਂ, ਮੈਸ਼ ਹੋ ਜਾਣਗੀਆਂ। ਇੱਦਾਂ ਹੀ ਐਂ ਕਰ ਕਰਕੇ ਆਪਾਂ ਪਕਾ ਲਾਂਗੇ ਸਾਰੀਆਂ ਗਾਜਰਾਂ ਨੂੰ। ਲਓ ਜੀ ਗਾਜਰਾਂ ਨੂੰ ਆਪਣੇ ਇਹਨੂੰ ਹੋ ਗਏ 5-7 ਮਿੰਟ ਪੱਕਦੀਆਂ ਨੂੰ, ਢੱਕ ਗਈਆਂ ਇਹ ਪਹਿਲਾਂ ਨੂੰ ਘੱਟ ਗਈਆਂ। ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਚੀਨੀ ਦੀ ਪਾ ਲੈਂਦੇ ਹਾਂ। ਹੁਣ ਆਪਾਂ ਚੀਨੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ। ਅੱਗ ਆਪਾਂ ਥੋੜ੍ਹੀ ਜਿਹੀ ਘੱਟ ਕਰ ਦਿੰਦੇ ਹਾਂ। ਲਓ ਜੀ ਆਪਣੀ ਚੀਨੀ ਦੇਖੋ ਚੰਗੀ ਤਰ੍ਹਾਂ ਮਿਲਟ ਹੋ ਗਈ, ਇਹਨੇ ਪਾਣੀ ਛੱਡਤਾ। ਹੁਣ ਆਪਾਂ ਇਹਨੂੰ ਉੱਨੀ ਦੇਰ ਤੱਕ ਪਕਾਵਾਂਗੇ, ਜਿੰਨੀ ਦੇਰ ਤੱਕ ਚੀਨੀ ਦਾ ਸਾਰੀ ਦਾ ਪਾਣੀ ਆ ਘੱਟ ਨਹੀਂ ਜਾਂਦਾ, ਚਾਣੀ ਖਤਮ ਨਹੀਂ ਹੋ ਜਾਂਦੀ, ਵਿੱਚ ਰਸ ਵੀ ਨਹੀਂ ਗਾਜਰਾਂ ਦੇ। ਉੱਨੀ ਦੇਰ ਤੱਕ ਆਪਾਂ ਪਕਾਵਾਂਗੇ, ਜਿੰਨੀ ਦੇਰ ਤੱਕ ਆਪਣੀ ਆ ਚੀਨੀ ਦੀ ਚਾਣੀ ਨਹੀਂ ਬਣਦੀ। ਲਓ ਜੀ ਆਹ ਆਪਾਂ ਨੇ ਦਾਖਾਂ ਲੈ ਲਈਆਂ ਜਾਣੀ ਕਿ ਸੌਗੀ, ਆਹ ਆਪਾਂ ਨੇ ਲੈ ਲਏ ਬਦਾਮ। ਬਦਾਮਾਂ ਨੂੰ ਆਪਾਂ ਕੱਟ ਕਰ ਲੈਂਦੇ ਹਾਂ, 4-4 ਪੀਸ ਬਣਾ ਲੈਂਦੇ ਹਾਂ ਇਹਨਾਂ ਦੇ। ਚਲੋ ਜੀ ਇੱਦਾਂ ਹੀ ਸਾਰੇ ਬਦਾਮਾਂ ਨੂੰ ਕੱਟ ਕਰ ਲਵਾਂਗੇ। ਲਓ ਜੀ ਚਾਣੀ ਆਪਣੀ ਸਾਰੀ ਗਾਜਰਾਂ ਨੇ ਸੋਕ ਲਈ, ਦੇਖੋ ਸੁੱਕ ਗਿਆ ਬਿਲਕੁਲ। ਹੁਣ ਆਪਾਂ ਇਹਦੇ ਵਿੱਚ ਆ ਪਨੀਰ ਐਡ ਕਰ ਦਿੰਦੇ ਹਾਂ। ਪਨੀਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਵਿੱਚ। ਇਹਨੂੰ 2-3 ਮਿੰਟਾਂ ਲਈ ਪਕਾ ਲਾਂਗੇ ਤਾਂ ਜੋ ਆਪਣਾ ਪਨੀਰ ਚੰਗੀ ਤਰ੍ਹਾਂ ਵਿੱਚ ਗਾਜਰਾਂ ਦੇ ਨਾਲ ਮਿਕਸ ਹੋ ਸਕੇ।
ਪਨੀਰ ਅਤੇ ਗਾਜਰਾਂ ਆਪਣੀਆਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ। ਇਹਨਾਂ ਨੂੰ 2-3 ਮਿੰਟ ਹੋ ਗਏ ਆਪਾਂ ਨੂੰ ਮਿਕਸ ਕਰਦਿਆਂ ਨੂੰ, ਇੱਦਾਂ ਹੀ ਕੜਛੀ ਫੇਰ ਫੇਰ ਕੇ, ਤਾਂ ਜੋ ਪਨੀਰ ਦੇ ਵਿੱਚ ਮਿੱਠਾ ਚੰਗੀ ਤਰ੍ਹਾਂ ਰੱਜ ਜਾਵੇ। ਲਓ ਜੀ, ਪਨੀਰ ਅਤੇ ਗਾਜਰਾਂ ਆਪਣੀਆਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ। ਹੁਣ ਆਪਾਂ ਇਹਦੇ ਵਿੱਚ ਬਦਾਮ ਐਡ ਕਰ ਦਿੰਦੇ ਹਾਂ। ਕਾਜੂ ਆਪਣੇ ਕੋਲ ਨਹੀਂ ਹੈਗੇ, ਆਪਾਂ ਸਕਿੱਪ ਕਰਤੇ। ਲਓ ਜੀ, ਆਪਾਂ ਸੌਗੀ ਵੀ ਵਿੱਚ ਪਾ ਦਿੰਦੇ ਹਾਂ। ਲਓ ਜੀ, ਇਹ ਵੀ ਚੰਗੀ ਤਰ੍ਹਾਂ ਮਿਕਸ ਹੋ ਗਈਆਂ। ਲਓ ਜੀ, ਆਪਣਾ ਗਜਰੇਲਾ ਬਣ ਕੇ ਤਿਆਰ ਆ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।